ਹਾਂਜੀ ਫਰੈਂਡਸ, ਕੀ ਹਾਲ ਚਾਲ ਆ ਸਾਰਿਆਂ ਨੂੰ? ਮੇਰੇ ਵੱਲੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਦੱਸਿਆ ਆ ਵੀ ਜਿਹੜੇ ਆਪਣੇ ਅੰਮ੍ਰਿਤਸਰ ਦੇ ਵਿੱਚ ਇੰਡੀਅਨ ਗਰੋਸਰੀ ਸਟੋਰ ਅਵੇਲੇਬਲ ਹੈਗੇ ਆ, ਉੱਥੋਂ ਕੀ ਕੀ ਆਪਣਾ ਇੰਡੀਅਨ ਬ੍ਰਾਂਡਸ ਦਾ ਸਮਾਨ ਮਿਲਦਾ ਆ। ਅਤੇ ਸੋ ਚਲੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ, ਅਤੇ ਬਾਕੀ ਤੁਸੀਂ ਵੀਡੀਓ 'ਚ ਦੇਖ ਲੈਣਾ ਆ ਵੀ ਕੀ ਕੀ ਇੰਡੀਆ ਦਾ ਸਮਾਨ ਮਿਲਦਾ, ਅਤੇ ਨਾਲ ਨਾਲ ਮੈਂ ਪ੍ਰਾਈਜ਼ ਵੀ ਕਈਆਂ ਦੇ ਦੱਸੇ ਆ। ਸੋ ਲੈਟਸ ਗੋ, ਵੀਡੀਓ ਕਰਦੇ ਹਾਂ ਸ਼ੁਰੂ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਆਪਣੇ ਇੰਡੀਅਨ ਗਰੋਸਰ, ਦੈਨ ਹੁਣ ਆਪਾਂ ਅੰਦਰ ਕਰਨ ਲੱਗੇ ਐਂਟਰੀ, ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਕੀ ਕੀ ਇੰਡੀਅਨ ਦਾ ਸਮਾਨ ਮਿਲ ਜਾਂਦਾ। ਅਤੇ ਕਰਦੇ ਹਾਂ ਫਿਰ ਐਂਟਰੀ ਹੁਣ। ਇੱਥੇ ਤੁਹਾਨੂੰ ਸਾਰਾ ਇੰਡੀਆ ਦਾ ਸਮਾਨ ਮਿਲ ਸਕਦਾ, ਜਿੱਦਾਂ ਪੈਰਾਸ਼ੂਟ ਆਇਲ ਹੋ ਗਿਆ ਆਪਣਾ, ਡਾਬਰ ਦਾ, ਸਰ੍ਹੋਂ ਦਾ ਤੇਲ, ਆਪਣਾ ਸਰਸੋਂ ਦਾ ਸਾਗ, ਅਤੇ ਆਪਾਂ ਅੱਜ ਸਾਗ ਲੈਣ ਆਏ ਹਾਂ। ਆ ਹੈਗਾ 299 ਦਾ, ਦੈਨ ਫਿਰ ਆਪਾਂ ਬਾਏ ਕਰ ਰਹੇ ਹਾਂ ਅੱਜ। ਆ ਇੱਕ ਆ ਵੀ ਇੱਕ ਬ੍ਰਾਂਡ ਪਿਆ ਆ ਇਹ, ਪਰ ਹੈਗਾ ਸਪੀਨਿਚ ਮਿਸਚਲ ਦਾ। ਬਾਕੀ ਆ ਨੀਚੇ ਮਸਾਲੇ ਵਗੈਰਾ ਪਏ ਹੋਏ ਆ, ਅਤੇ ਆ ਆਪਣਾ ਹੈਗਾ ਕੋਕੋਨਟ ਓਇਲ, ਆ ਵੱਡੀ ਪੈਕਿੰਗ 'ਚ ਨੀਚੇ ਪਿਆ। ਦੈਨ ਆਪਣੀ ਦੇਸੀ ਘੇ ਪਏ ਹੋਏ ਇੱਧਰ, ਆ ਆਪਣੇ ਨੀਚੇ ਪਏ ਆ ਮੈਗੀ ਮਸਾਲਾ, ਮੈਗੀ ਪਈ ਹੋਈ ਆ, ਬਾਕੀ ਹੋਰ ਕਾਫੀ ਮਸਾਲੇ ਵਗੈਰਾ ਪਏ ਹੋਏ ਆ, ਅਤੇ ਤੁਹਾਨੂੰ ਦਿਖਾਉਂਦੇ ਅੱਗੇ ਅੱਗੇ। ਇੱਧਰ ਆਪਣੀ ਪਈਆਂ ਹੋਈਆਂ ਸੋਗੀਆਂ, ਆ ਬਦਾਮ ਪਏ ਹੋਏ ਆ, ਬਦਾਮ ਦਾ ਪ੍ਰਾਈਜ਼ ਹੈਗਾ ਆ 1 LV ਦਾ ਹੋ ਗਿਆ $8.99, ਮਤਲਬ $9 ਹੋ ਗਿਆ ਆਲਮੋਸਟ। ਆ ਸੋਗੀਆਂ ਇੱਧਰ ਪਈਆਂ, ਬਾਕੀ ਆਪਣਾ ਆਟਾ ਪਿਆ ਹੋਇਆ ਉੱਪਰ, ਆਟਾ ਪਿਆ ਆ ਆਪਣੀ ਜਿਹੜੀ ਇਡਲੀ ਦਾਲ ਹੁੰਦੀ ਹੈ, ਆ ਦਾਲ ਪਈ ਆ ਮੂੰਗੀ ਦੀ ਦਾਲ, ਆ ਨੀਚੇ ਹਰੀ ਦਾਲ ਜਿਹੜੀ ਹੁੰਦੀ ਆ, ਸਾਰੀਆਂ ਦਾਲਾਂ ਵਗੈਰਾ ਪਈਆਂ ਇੰਡੀਅਨ। ਇਹ ਤਾਂ ਚਲੋ ਫਰੈਸ਼ਕੋ ਤਾਂ ਵੀ ਮਿਲ ਜਾਂਦੀਆਂ ਆ, ਅਤੇ ਆ ਗੁਲਾਬ ਜਾਮਣ ਜਿਹੜੀ ਗਰਮ ਗੁਲਾਬ ਜਾਮਣ ਹੁੰਦੀ ਹੈ ਹਲਦੀਰਾਮ ਬ੍ਰਾਂਡ ਦੀ, ਆ ਵੀ ਦਾਲਾਂ ਪਈਆਂ ਆਪਣੀਆਂ। ਅਤੇ ਬਾਕੀ ਆ ਉੱਪਰ ਰਾਜਮਾਂਹ ਪਏ ਆ, ਕਾਲੇ ਚਨੇ ਪਏ ਆ, ਵਾਈਟ ਚਨੇ ਪਏ ਆ, ਸਾਰੀਆਂ ਦਾਲਾਂ ਪਈਆਂ ਹੋਈਆਂ ਦੇਖ ਸਕਦੇ ਹੋ ਤੁਸੀਂ। ਬਾਕੀ ਆ ਮੂਹਰੇ ਦਲੀਆ ਪਿਆ ਆ, ਆਪਣੀਆਂ ਸੇਵੀਆਂ ਪਈਆਂ ਇੰਡੀਆ ਵਾਲੀਆਂ, ਆ ਸੇਵੀਆਂ ਹੋ ਗਈਆਂ, ਆ ਆਪਣੀਆਂ ਇੰਡੀਅਨ ਸਬਜ਼ੀਆਂ ਪਈਆਂ ਹੋਈਆਂ, ਬੈਂਗਣ ਹੋ ਗਏ, ਮਟਰ, ਬੈਂਗਣ, ਅਤੇ ਆਹ ਆਪਣੇ ਅਦਰਕ, ਉਹ ਆਪਣਾ ਪਿਆਜ਼ ਜਿਹੜੇ ਇੰਡੀਆ ਵਾਲੇ ਪਿਆਜ਼ ਆ, ਆਲੂ ਪਏ ਆ, ਅਦਰਕ ਲਸਣ ਵਗੈਰਾ ਸਭ ਮਿਲ ਜਾਂਦਾ ਇੱਥੇ। ਆ ਦੇਖੋ ਆਪਣਾ ਕੋਕੋਨਟ ਵੀ ਪਿਆ ਆ, ਆਹ ਧਨੀਆ ਵਗੈਰਾ ਸਾਰਾ ਪਿਆ ਹੋਇਆ, ਮਿਰਚਾਂ ਪਈਆਂ ਹਰੀਆਂ ਮਿਰਚਾਂ। ਬਾਕੀ ਇੱਧਰ ਸਾਰਾ ਫਰੋਜ਼ਨ ਸਮਾਨ ਆ, ਪਰੌਂਠੇ ਵਗੈਰਾ, ਫਰੋਜ਼ਨ ਪੀਜ਼ਾ ਵਗੈਰਾ ਸਾਰਾ ਕੁਛ ਪਿਆ ਹੋਇਆ ਇੱਧਰ, ਦਹੀਂ ਵਗੈਰਾ ਸਭ, ਮਟਰ ਪਨੀਰ, ਸਾਰੀਆਂ ਫਰੋਜ਼ਨ ਆਈਟਮਾਂ ਇੱਧਰ ਪਈਆਂ ਹੋਈਆਂ ਫਰੀਜ਼ਰ ਦੇ ਵਿੱਚ। ਅਤੇ ਦੈਨ ਉੱਧਰ ਆਪਣੇ ਬਾਸਮਤੀ ਵਗੈਰਾ ਦੇ ਚੌਲ ਵਗੈਰਾ ਪਏ ਹੋਏ ਆ, ਇੰਡੀਆ ਗੇਟ, ਦਾਵਤ, ਆਹ ਦੇਖ ਸਕਦੇ ਹੋ ਜਿੱਦਾਂ ਤੁਸੀਂ ਦਾਵਤ ਦੇ, ਇੰਡੀਆ ਗੇਟ ਦੇ। ਆਪਣੇ ਇੰਡੀਅਨ ਕੁਕੀਜ਼ ਪਈ ਆ, ਬੋਨਵੀਟਾ ਪਿਆ, ਬਰੂ ਦੀ ਆਪਣੀ ਕੌਫੀ ਪਈ ਹੋਈ ਆ, ਰੈੱਡ ਲੇਬਰ ਚਾਹ ਪਈ ਹੋਈ ਆ, ਰਸ ਵਗੈਰਾ ਪਏ ਹੋਏ ਆ, ਇੱਧਰ ਕੁਰਕਰੇ ਪਏ ਆ, ਆਹ ਆਪਣੇ ਪਏ MDH ਦੇ ਮਸਾਲੇ ਆ, ਚਿਕਨ ਮਸਾਲਾ, ਅਤੇ ਆਹ ਆਪਣਾ ਹੈਗਾ ਚਟਨੀ, ਪੁਦੀਨਾ ਮਸਾਲਾ, ਵੱਖਰੇ ਵੱਖਰੇ ਮਸਾਲੇ ਪਏ ਹੋਏ ਸਾਰੇ। ਅਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਇੱਥੇ ਇੰਡੀਆ ਵਾਲਾ ਕਾਫੀ ਸਮਾਨ ਮਿਲ ਜਾਂਦਾ ਸਾਰਾ ਕੁਛ ਆਲਮੋਸਟ। ਇੱਧਰ ਪਈਆਂ ਹਲਦੀ, ਲਾਲ ਮਿਰਚ, ਅਤੇ ਆਪਣਾ ਇੱਧਰ ਸੈਕਸ਼ਨ 'ਚ ਪਿਆ ਆ ਅਚਾਰ ਵਗੈਰਾ ਪਿਆ ਹੋਇਆ, ਆ ਨੀਚੇ ਵੀ ਅਚਾਰ ਪਿਆ, ਅਤੇ ਆਪਣੀ ਆ ਮੈਗੀ ਸੌਸ ਪਈ ਆ, ਆਹ ਆਪਣਾ ਪਿਆ ਆ ਬੇਸਣ ਵਗੈਰਾ ਪਿਆ ਆ, ਆਹ ਬਰਾੜ ਕੰਪਨੀ ਦਾ ਬੇਸਣ ਪਿਆ ਆ, ਨੀਚੇ ਸ਼ੇਰ ਕੰਪਨੀ ਦਾ ਆਟਾ ਵੀ ਆਉਂਦਾ, ਸ਼ੇਰ ਕੰਪਨੀ ਦਾ ਬੇਸਣ ਪਿਆ ਹੋਇਆ, ਅਤੇ ਬਾਕੀ ਆ ਇੱਧਰ ਫਰੋਜ਼ਨ ਸਮਾਨ ਪਿਆ, ਪਰੌਂਠੇ ਵਗੈਰਾ, ਅਤੇ ਇੱਧਰ ਆਪਣੇ ਆ ਪਏ ਆ ਜੀ ਕੁਰਕਰੇ, ਆਪਣੇ ਮੂਹਰੇ ਪਏ ਆ ਰਸ ਵਗੈਰਾ ਜਿਹੜਾ ਮੈਂ ਤੁਹਾਨੂੰ ਦਿਖਾ ਚੁੱਕਾ ਆਲਰੇਡੀ। ਕਾਫੀ ਮਤਲਬ ਸਾਰਾ ਕੁਛ ਆਲਮੋਸਟ ਹੈਗਾ ਸਮਾਨ, ਆਪਣੇ ਗੁੱਡੇ ਵਗੈਰਾ ਦੇ ਬਿਸਕੁਟ ਵਗੈਰਾ ਪਏ ਹੋਏ ਆ ਇੱਧਰ, ਤੁਸੀਂ ਦੇਖ ਸਕਦੇ ਹੋ ਇੰਡੀਅਨ ਬ੍ਰਾਂਡ ਗੁੱਡੇ ਦੇ ਬਿਸਕੁਟ, ਹੋਰ ਹਾਈਡ ਐਂਡ ਸੀਕ ਦੇ ਬਿਸਕੁਟ ਵਗੈਰਾ, ਗਿਰੀ ਪਕੌੜਾ, ਭੁਜੀਆ, ਹਲਦੀਰਾਮ ਦੇ ਭੁਜੀਆ ਵਗੈਰਾ ਸਭ ਅਵੇਲੇਬਲ ਹੈਗੇ ਇੱਥੇ। ਆਪਣੇ ਜਿਹੜੇ ਇੱਧਰ ਮੈਂ ਤੁਹਾਨੂੰ ਚਾਵਲ ਦਿਖਾ ਚੁੱਕਾ ਆਲਰੇਡੀ, ਆ ਚਾਵਲ ਪਏ ਆ ਵੱਖਰੇ ਵੱਖਰੇ ਬ੍ਰਾਂਡਸ ਦੇ, ਆ ਨੀਚੇ ਪਏ ਆ ਵੱਖਰੇ ਵੱਖਰੇ ਬ੍ਰਾਂਡ ਦੇ ਅਚਾਰ, ਅੰਬ ਦਾ ਅਚਾਰ ਹੋ ਗਿਆ, ਆਪਣਾ ਨਿੰਬੂ ਦਾ ਅਚਾਰ, ਮਿਰਚ ਦਾ ਅਚਾਰ, ਬਾਕੀ ਆ ਉੱਪਰ ਪਈਆਂ ਮੈਗੀ ਮਸਾਲਾ ਸੌਸ, ਮੈਗੀ ਸੌਸ ਵਗੈਰਾ ਪਈ ਹੋਈ ਆ।
ਆਪਣੇ ਮੂਹਰੇ ਪਏ ਆਪਣੇ ਭੁਜੀਆ, ਗਿਰੀ ਪਕੌੜਾ ਵਗੈਰਾ, ਚਾਟ ਪਾਪੜੀ। ਬਾਕੀ ਇੱਥੇ ਆਪਣੀ ਸਮੋਸੇ ਵੀ ਮਿਲ ਜਾਂਦੇ ਆ, ਮੱਠੀਆਂ ਮਿਲ ਜਾਂਦੀਆਂ ਆ, ਆਈਨੋ ਵਗੈਰਾ ਵੀ ਪਈ ਹੋਈ ਆ ਇੱਥੇ। ਅਤੇ ਬਾਕੀ ਇੱਥੇ ਆਲਮੋਸਟ ਸਾਰਾ ਸਮਾਨ ਮਿਲ ਜਾਂਦਾ ਜੋ ਜੋ ਮੈਂ ਤੁਹਾਨੂੰ ਦਿਖਾ ਦਿੱਤਾ। ਆਪਣੀ ਉਹ ਜਿਹੜੀ ਬੂੰਦੀ ਆਪਾਂ ਪਾਈ ਦੀ ਆ ਦਹੀਂ ਦੇ ਵਿੱਚ, ਉਹ ਪਈ ਹੋਈ ਆ, ਮਹਿੰਦੀ ਵਗੈਰਾ ਪਈ ਹੋਈ ਆ, ਸਾਰੇ ਆਪਣੇ ਬਿਸਕੁਟ ਜਿਹੜੇ ਇੰਡੀਅਨ ਵਾਲੇ ਹੁੰਦੇ ਆ ਸਾਰੇ ਅਵੇਲੇਬਲ ਹੈਗੇ ਇੱਥੇ। ਇੱਧਰ ਪਈਆਂ ਆਪਣੀਆਂ ਮਠਿਆਈਆਂ ਵਗੈਰਾ ਪਈਆਂ ਆ, ਉਹ ਬਦਾਨਾ ਪਿਆ ਆ, ਇੱਥੇ ਭੁਜੀਆ ਵੀ ਮਿਲ ਜਾਂਦਾ, ਭੁਜੀਆ ਬਦਾਨਾ, ਗੁਲਾਬ ਜਾਮਣ, ਮਠਿਆਈਆਂ ਵਗੈਰਾ, ਸਾਰੀਆਂ ਇੰਡੀਅਨ ਮਠਿਆਈਆਂ ਮਿਲ ਜਾਂਦੀਆਂ ਇੱਥੋਂ, ਆਪਣੇ ਪਕੌੜੇ ਵਗੈਰਾ ਵੀ ਮਿਲ ਜਾਂਦੇ ਆ। ਇਹ ਆਪਣੇ ਜਿਹੜੇ ਇੱਥੇ ਪਏ ਆ ਵਟਿਕਾ ਵਗੈਰਾ, ਤੇਲ, ਡਟੋਲ ਦੇ ਸਾਬਣ ਵਗੈਰਾ, ਸਾਰੇ ਲਕਸ ਵਗੈਰਾ ਸਾਬਣ ਵੀ ਇੱਥੇ ਅਵੇਲੇਬਲ ਹੈਗੇ ਆ, ਮੂਵ ਵੀ ਪਈ ਆ, ਸਭ ਕੁਛ ਆਲਮੋਸਟ ਅਵੇਲੇਬਲ ਹੈਗਾ ਇੱਥੇ। ਆਪਣੇ ਸਮੋਸੇ ਪਏ ਆ, ਜਿਵੇਂ ਤੁਹਾਨੂੰ ਦੱਸਿਆ ਮਟਰੀ ਪਈ ਆ, ਸਮੋਸੇ ਮਟਰੀ ਆ ਲਿਖਿਆ ਇੱਥੇ, ਰੇਟ ਪਾਪੜੀ ਚਾਟ, ਸਮੋਸਾ ਚਾਟ, ਟਿੱਕੀ ਚਾਟ ਵਗੈਰਾ ਸਭ ਕੁਛ ਇੱਥੇ ਅਵੇਲੇਬਲ ਹੈਗਾ ਆ। ਆਪਣੀ ਫਰੂਟੀ ਪਈ ਹੋਈ ਆ, ਇੰਡੀਅਨ ਫਰੂਟੀ, ਆਪਣਾ ਰੀਅਲ ਦਾ ਜੂਸ ਵਗੈਰਾ ਪਿਆ ਹੋਇਆ, ਸਾਰੇ ਜੂਸ ਅਵੇਲੇਬਲ ਹੈਗੇ ਆ ਇੱਥੇ। ਅਤੇ ਆਪਣਾ ਜਿਹੜਾ ਦਹੀਂ ਹੁੰਦਾ ਇੰਡੀਅਨ ਵਾਲਾ ਦਹੀਂ, ਇੰਡੀਅਨ ਦਹੀਂ ਅਤੇ ਆ ਨਾਨਕ ਪਨੀਰ, ਇੱਥੇ ਦਾ ਮਤਲਬ ਵਧੀਆ ਪਨੀਰ ਆ, ਬਾਕੀ ਤਾਂ ਰਬੜ ਜੀ ਟਾਈਪ ਪਨੀਰ ਆ, ਸਭ ਤੋਂ ਵਧੀਆ ਪਨੀਰ ਆ। ਨਾਨਕ ਪਨੀਰ ਵੀ ਅਵੇਲੇਬਲ ਹੈਗਾ ਇੱਥੇ, ਕੋਕ ਦੀਆਂ ਬੋਤਲਾਂ ਵਗੈਰਾ ਸਭ ਇੰਡੀਅਨ ਹੈਗਾ ਇੱਥੇ ਅਵੇਲੇਬਲ। ਆਪਣੇ ਲੇਜ਼ ਪਏ ਹੋਏ ਇੰਡੀਅਨ ਵਾਲੇ, ਆ ਨੀਚੇ ਮੈਗੀਆਂ ਪਈਆਂ ਹੋਈਆਂ। ਹਾਂਜੀ, ਆਪਣੀ ਸ਼ੋਪਿੰਗ ਹੋ ਗਈ ਹੈ ਡਨ, ਆਪਣੇ ਮੁਗਲ ਭਾਅ ਜੀ ਆਪਾਂ ਲੈ ਲਿਆ ਇੰਡੀਆ ਗੇਟ ਦੇ ਚੌਲ ਵਗੈਰਾ, ਮੈਗੀ ਵਗੈਰਾ ਜੋ ਵੀ ਲੈਣਾ ਸੀਗਾ, ਅਤੇ ਹੁਣ ਆਪਾਂ ਜਾ ਰਹੇ ਹਾਂ ਘਰੇ ਵਾਪਸ, ਅਤੇ ਘਰੇ ਪਹੁੰਚ ਕੇ ਕਰਦੇ ਹਾਂ ਫਿਰ ਵਲੌਗ ਦਾ ਐਂਡ। ਹਾਂਜੀ ਫਰੈਂਡਸ, ਕਿੱਦਾਂ ਲੱਗੀ ਫਿਰ ਵੀਡੀਓ? ਅਤੇ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਅਤੇ ਜੋ ਮੈਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਥਰੂ, ਅਤੇ ਤੁਹਾਨੂੰ ਵਧੀਆ ਲੱਗੀ ਹੋਊਗੀ। ਅਤੇ ਬਾਕੀ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਆਪਣੇ ਇੰਡੀਆ ਦਾ ਕੋਈ ਵੀ ਸਮਾਨ ਜੇ ਲੈਣਾ ਹੋਵੇ ਇੱਥੇ ਮਿਲ ਜਾਂਦਾ ਹੈ, ਈਜ਼ੀਲੀ ਅਵੇਲੇਬਲ ਹੈਗਾ ਆ। ਜੇ ਨਹੀਂ ਵੀ ਅਵੇਲੇਬਲ, ਆਪਾਂ ਉੱਥੇ ਉਹਨਾਂ ਨੂੰ ਕਹਿ ਕੇ ਔਡਰ 'ਤੇ ਵੀ ਮੰਗਵਾ ਸਕਦੇ ਹਾਂ, ਉਹਨਾਂ ਨਾਲ ਗੱਲ ਕੀਤੀ ਸੀਗੀ ਜਿਹੜੇ ਉੱਥੇ ਹੈਗੇ ਆ ਦੁਕਾਨ ਦੇ ਮੈਨੇਜਰ ਜਾਂ ਜੋ ਵੀ। ਅਤੇ ਬਾਕੀ ਜੋ ਵੀ ਸੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ, ਆਈ ਹੋਪ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਬਾਕੀ ਕਈਆਂ ਦੇ ਬਹੁਤ ਕਮੈਂਟ ਆ ਰਹੇ ਸੀਗੇ ਜਿੱਦਾਂ ਕਿ ਵੀਡੀਓ ਬਣਾਓ ਇੰਡੀਅਨ ਗਰੋਸਰ 'ਤੇ, ਜਿਹੜੀ ਵੀ ਇੱਥੇ ਇੰਡੀਅਨ ਗਰੋਸਰੀ ਸਟੋਰ ਹੈਗੇ ਆ, ਸੋ ਇਸ ਕਰਕੇ ਮੈਂ ਇੱਕ ਇਹ ਟੋਪਿਕ ਚੁਣਿਆ ਅਤੇ ਵੀਡੀਓ ਬਣਾਈ। ਬਾਕੀ ਇੱਥੇ ਸਾਰਾ ਕੁਝ ਮਿਲ ਜਾਂਦਾ, ਇਲਾਇਚੀ, ਸੌਂਫ, ਲੌਂਗ, ਆਪਣੇ ਮਸਾਲੇ, MDH ਦੇ ਮੈਗੀ ਮਸਾਲਾ ਵਗੈਰਾ ਸਭ ਕੁਛ ਈਜ਼ੀਲੀ ਅਵੇਲੇਬਲ ਹੈਗਾ, ਬਾਕੀ ਤੁਸੀਂ ਵੀਡੀਓ 'ਚ ਦੇਖ ਹੀ ਲਿਆ ਵੀ। ਸੋ ਇਸ ਕਰਕੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਸੋ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਹਾਂ ਖਤਮ। ਸੋ ਥੈਂਕ ਯੂ ਫੋਰ ਵਾਚਿੰਗ।